ਹਾਂਜੀ, ਮੀਂਹ ਪੈ ਰਿਹਾ ਤੇ ਆ ਕੁਦਰਤ ਦਾ ਇੱਕ ਵੱਖਰਾ ਰੰਗ, ਕਿਉਂਕਿ ਕਦੇ ਕਦੇ ਇਹ ਚੀਜ਼ ਦੇਖਣ ਨੂੰ ਮਿਲਦੀ ਆ ਜਿਹਨੂੰ ਆਪਾਂ ਸਤਰੰਗੀ ਪੀਂਘ ਕਹਿ ਦਿੰਦੇ ਹਾਂ। ਆਮ ਤੌਰ 'ਤੇ ਕਿਤਾਬਾਂ 'ਚ ਪੜ੍ਹਦੇ ਆ ਬੱਚੇ ਕਿ ਰੈਨਬੋ, ਪਰ ਆ ਤੁਸੀਂ ਦੇਖੋ ਕਿ ਆਕਾਸ਼ ਦੇ ਵਿੱਚ ਇਹ ਸਤਰੰਗੀ ਪੀਂਘ ਪਈ ਹੋਈ ਆ। ਪਹਿਲੀ ਖਤਮ ਹੋਣ ਵਾਲੀ ਅਤੇ ਦੂਜੀ ਇੱਕ ਲਾਗੇ ਹੋਰ ਚਾਲੂ ਹੋ ਰਹੀ ਆ। ਦੇਖੋ ਕਿੰਨਾ ਸੋਹਣੇ ਇਹ ਰੰਗ ਆ। ਕਮਾਲ ਦੀ ਗੱਲ ਇਹ ਆ ਕਿ ਥੱਲੇ ਕਣਕਾਂ ਬਿਲਕੁਲ ਸੋਨੇ ਰੰਗੀਆਂ, ਸੁਨਹਿਰੀ ਪੱਕੀਆਂ ਹੋਈਆਂ, ਅਤੇ ਨਾਲ ਨਾਲ ਮੀਂਹ ਦੀ ਕਣਮਿਣ, ਮੀਂਹ ਪੈ ਰਿਹਾ। ਤੁਹਾਨੂੰ ਦਿਖਾ ਦਿੰਦਾ ਜੀ, ਇੱਧਰ ਸੂਰਜ ਚੜਿਆ ਹੋਇਆ। ਇਹ ਦੇਖੋ ਜੀ, ਆ ਸੂਰਜ ਆ। ਇਹ ਜਦੋਂ ਸੂਰਜ ਚੜ੍ਹਦਾ, ਧੁੱਪ ਲੱਗੀ ਹੋਵੇ ਅਤੇ ਮੀਂਹ ਪੈ ਰਿਹਾ, ਤਾਂ ਫਿਰ ਇਹ ਕਦੇ ਕਦੇ ਇਸ ਤਰ੍ਹਾਂ ਜਿਹੜੀ ਆ ਆਕਾਸ਼ ਦੇ ਵਿੱਚ ਸਤਰੰਗੀ ਪੀਂਘ ਦੇਖਣ ਨੂੰ ਮਿਲਦੀ ਆ। ਕਿੰਨਾ ਸੋਹਣਾ ਨਜ਼ਾਰਾ ਜੀ। ਇਹ ਵੀ ਕੁਦਰਤ ਦਾ ਇੱਕ ਰੰਗ ਆ। ਬੱਚੇ ਆਮ ਤੌਰ 'ਤੇ ਕਹਿੰਦੇ ਰੇਨਬੋ, ਬਹੁਤ ਖੂਬਸੂਰਤ। ਆਹ ਦੇਖੋ, ਬਹੁਤ ਵੱਡੀ ਬਣੀ ਹੋਈ ਆ ਜੀ। ਅਤੇ ਅਸੀਂ ਆਮ ਤੌਰ 'ਤੇ ਪੰਜਾਬੀ 'ਚ ਇਹਨੂੰ ਸਤਰੰਗੀ ਪੀਂਘ ਜਾਂ ਆਸਮਾਨੀ ਪੀਂਘ ਕਹਿ ਦਿੰਦੇ ਹਾਂ। ਬਹੁਤ ਸੋਹਣਾ। ਤੁਹਾਨੂੰ ਥੋੜ੍ਹਾ ਹੋਰ ਨੇੜੇ ਕਰਕੇ ਦਿਖਾਉਣਾ। ਦੇਖੋ ਜੀ, ਇਹ ਪਹਿਲੀ ਥੋੜ੍ਹੀ ਘੱਟਦੀ ਜਾਂਦੀ ਆ ਅਤੇ ਦੂਜੀ ਇੱਕ ਉਹਦੇ ਹੋਰ ਨੇੜੇ ਸ਼ੁਰੂ ਹੋ ਰਹੀ ਆ, ਬਣਨੀ ਸ਼ੁਰੂ ਹੋ ਰਹੀ ਆ, ਅਤੇ ਕੁਛ ਮਿੰਟਾਂ ਦੇ ਵਿੱਚ ਇਹ ਦੋਵੇਂ ਬਣ ਜਾਣਗੀਆਂ। ਅਤੇ ਹੋ ਸਕਦਾ ਪਹਿਲੀ ਜਿਹੜੀ ਆ ਉਹ ਖਤਮ ਵੀ ਹੋ ਜਾਵੇ। ਸੋ ਬਹੁਤ ਸੋਹਣਾ ਨਜ਼ਾਰਾ ਆ। ਆਹ ਦੇਖੋ, ਸੋਨੇ ਰੰਗੀ ਕਣਕ, ਸੁਨਹਿਰੀ ਕਣਕ, ਅਤੇ ਉੱਤੇ ਸਤਰੰਗੀ ਪੀਂਘ, ਆਸਮਾਨੀ ਪੀਂਘ ਜਿਹਨੂੰ ਕਹਿ ਦਿੰਦੇ ਹਾਂ। ਇਹ ਕੁਦਰਤੀ ਬਣੀ ਹੋਈ ਆ। ਪੇਪਰਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਤਾਂ ਤੁਸੀਂ ਹੱਥਾਂ ਨਾਲ ਬਣਾਈ ਹੋਈ ਤਾਂ ਦੇਖੀ ਹੋਏਗੀ, ਪਰ ਆਹ ਕੁਦਰਤ ਦੀ ਬਣਾਈ ਹੋਈ ਇੱਕ ਸੋਹਣੀ ਮੂਰਤ ਆ, ਬਹੁਤ ਖੂਬਸੂਰਤ ਸੀ। ਓਕੇ।